इस खबर नूं देखण तों पहलां इस वीडियो च तुसीं देखो कि इस जानवर कौन है। ध्यान नाल देखो इस वीडियो अते देखो कि कौन है जानवर। शायद सिर्फ तुसीं इस वीडियो च इस कुत्ते नूं ही जानवर समझी जा रहे हो, पर असीं तुहानूं दिखाउंदे आ इस वीडियो दा दूजा जानवर। ਤਾਂ ਦੇਖੋ ਇਸ ਵੀਡੀਓ ਦਾ ਦੂਜਾ ਜਾਨਵਰ ਇਹ ਸ਼ਖਸ ਜੋ ਇੱਕ ਬੇਜਵਾਨ ਕੁੱਤੇ ਨੂੰ ਕਿੰਨੀ ਬੇਰਹਿਮੀ ਦੇ ਨਾਲ ਇੱਟ ਮਾਰਿਆ। ਇੰਨਾ ਹੀ ਨਹੀਂ, ਇੱਟ ਮਾਰਨ ਤੋਂ ਬਾਅਦ ਇਸ ਕੁੱਤੇ ਨੂੰ ਜ਼ਖਮੀ ਕੀਤਾ ਅਤੇ ਉਸ ਤੋਂ ਬਾਅਦ ਕੁੱਤੇ ਦੇ ਮਾਲਕ 'ਤੇ ਵੀ ਇੱਟਾਂ ਨਾਲ ਹਮਲਾ ਕੀਤਾ। ਅੰਮ੍ਰਿਤਸਰ ਦੀ ਰਹਿਣ ਵਾਲੀ ਇਸ ਕੁੱਤੇ ਦੀ ਮਾਲਕ ਵੀਨਾ ਕਾਲੜਾ ਦਾ ਇਲਜ਼ਾਮ ਹੈ ਕਿ ਇਸ ਘਟਨਾ ਤੋਂ ਬਾਅਦ ਜਦੋਂ ਅਸੀਂ ਪੁਲਿਸ ਦੇ ਕੋਲ ਸ਼ਿਕਾਇਤ ਲੈ ਕੇ ਪਹੁੰਚੇ ਤਾਂ ਉਲਟਾ ਪੁਲਿਸ ਨੇ ਸਾਡੇ 'ਤੇ ਹੀ ਮਾਮਲਾ ਦਰਜ ਕਰਨ ਦੀ ਧਮਕੀ ਦੇ ਕੇ ਮਾਮਲੇ ਨੂੰ ਰਫਾ ਦਫਾ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਅਸੀਂ ਇਨਸਾਫ ਦੀ ਜਿੱਤੇ ਅੜੇ ਰਹੇ ਤਾਂ ਸਾਡੇ ਤੇ ਪੁਲਿਸ ਨੇ ਰੰਜਿਸ਼ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ। 6:19 ਨੂੰ ਸ਼ਾਮ ਦੇ ਤਕਰੀਬਨ 4:30 ਵਜੇ ਦੀ ਗੱਲ ਹੈ ਕਿ ਮੇਰੇ ਬੇਟਾ ਅਤੇ ਮੇਰਾ ਕੁੱਤਾ ਆਪਣੇ ਘਰ ਦੀ ਛੱਤ 'ਤੇ ਸੀ। ਮੇਰੇ ਕੁੱਤੇ ਨੂੰ ਮੇਰੇ ਘਰ ਦੇ ਪਿਛਲੇ ਪਾਸੇ ਰਹਿੰਦੇ, ਜਿਹਦੀ ਕਿ ਮੇਰੇ ਨਾਲ ਨਾ ਕੋਈ ਕੰਧ ਲੱਗਦੀ ਹੈ, ਮੇਰੀ ਦੀਵਾਰ 5 ਫੁੱਟ ਉੱਚੀ ਹੈ ਅਤੇ ਮੇਰੇ ਉਸ ਤੋਂ ਬਾਅਦ ਮੇਰੇ ਘਰ ਦੀ 6 ਫੁੱਟ ਦੀ ਗਲੀ ਹੈ, ਫਿਰ ਉਸ ਤੋਂ ਬਾਅਦ ਉਹਦੀ ਕੰਧ ਆਈ ਹੈ। ਉਸ ਬੰਦੇ ਦਾ ਸਾਡੇ ਨਾਲ ਕੋਈ ਤਲਕ ਨਹੀਂ ਹੈ, ਲੇਕਿਨ ਉਹਨੇ ਬਿਨਾਂ ਵਜ੍ਹਾ ਮੇਰੇ ਕੁੱਤੇ ਨੂੰ ਇੱਟ ਮਾਰ ਕੇ ਉਹਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਉਹਦੀ ਸਵੀਅਰ ਇੰਜਰੀ ਆਈ ਹੈ, ਨੇਜ਼ਲ ਬੋਨ ਉਹਦੀ ਤੋੜ ਦਿੱਤੀ ਹੈ, ਜਿਹਦੇ ਨਾਲ ਉਸ ਤੋਂ ਬਾਅਦ ਅਸੀਂ ਸ਼ਿਕਾਇਤ ਲੈ ਕੇ ਪੁਲਿਸ ਸਟੇਸ਼ਨ ਗਏ, ਲੇਕਿਨ ਸਾਡੀ ਸ਼ਿਕਾਇਤ ਸੁਣੀ ਨਹੀਂ ਗਈ। 2 ਦਿਨ ਬਾਅਦ ਵੀ ਸਾਨੂੰ ਬੁਲਾ ਕੇ ਬੁਰਾ ਹਰਾਸ ਕੀਤਾ ਗਿਆ ਔਰ ਸਾਨੂੰ ਪਹਿਲੇ ਧਮਕੀਆਂ ਦਿੱਤੀਆਂ ਗਈਆਂ ਕਿ ਤੁਹਾਡੇ 'ਤੇ ਪਹਿਲੇ ਪਰਚੇ ਹੋਣਗੇ ਜੇ ਤੁਸੀਂ ਉਹਨਾਂ ਦੇ ਨਾਲ ਕੰਪਰੋਮਾਈਜ਼ ਨਹੀਂ ਕਰੋਗੇ। ਤਾਂ ਫਿਰ ਉਸ ਤੋਂ ਬਾਅਦ ਅਸੀਂ ਰਾਤੀ ਅੱਧੀ ਰਾਤ ਨੂੰ ਉਸ ਬੰਦੇ ਦੇ ਉੱਤੇ FIR ਦਰਜ ਕੀਤੀ ਹੈ, ਲੇਕਿਨ ਇੱਕ ਹਲਕੀ ਜਿਹੀ ਧਾਰਾ ਲਗਾ ਕੇ, ਕਿਉਂਕਿ ਨਾ ਕਿ ਇਹ ਕੀਤਾ ਕਿ ਮੇਰੇ ਪਹਿਲੇ ਉਹਨੇ ਮੇਰੇ ਕੁੱਤੇ ਨੂੰ ਇੰਜਰ ਕੀਤਾ, ਫਿਰ ਉਹਨੇ ਮੇਰੇ ਬੇਟੇ ਨੂੰ 2 ਇੱਟਾਂ ਮਾਰੀਆਂ। ਪੁਲਿਸ ਨੇ ਉਸ ਸੰਬੰਧ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਔਰ ਹਰ ਪਾਸੇ ਉਸ ਬੰਦੇ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਹੈ। ਉਸ ਤੋਂ ਬਾਅਦ ਮੈਂ ਜਦੋਂ DCP ਸਾਹਿਬ ਨੂੰ ਸ਼ਿਕਾਇਤ ਵੀ ਦਿੱਤੀ ਕਿ ਮੈਨੂੰ ਧਮਕੀਆਂ ਮਿਲੀਆਂ, ਮੇਰੇ ਪਰਿਵਾਰ 'ਤੇ ਕੁਛ ਵੀ ਹੋ ਸਕਦਾ ਪੁਲਿਸ ਵੱਲੋਂ, ਲੇਕਿਨ ਉਸ ਤੋਂ ਬਾਅਦ ਉਸੇ DCP ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ, ਲੇਕਿਨ ਸਾਡੇ 'ਤੇ ਕੋਈ ਪਰਚਾ ਵੀ ਕਰ ਦਿੱਤਾ ਇਹਨਾਂ ਨੇ ਮੇਰੇ ਹਸਬੈਂਡ ਔਰ ਮੇਰੇ ਬੇਟੇ ਦੇ ਖਿਲਾਫ਼। ਅੱਜ ਸਾਨੂੰ ਮੈਂ ਇਨਸਾਫ਼ ਦੀ ਮੰਗ ਕਰ ਰਹੀ ਹਾਂ ਔਰ ਕੁੱਤੇ ਦੀ ਮਾਰਨ ਦੀ ਹਰ ਵੀਡੀਓ ਵੀ ਮੈਂ ਦਿੱਤੀ ਆ ਪੁਲਿਸ ਨੂੰ, ਪਰ ਕੋਈ ਇਨਸਾਫ਼ ਨਹੀਂ ਮਿਲਦਾ ਪਿਆ ਮੈਨੂੰ। ਉੱਥੇ ਜਦੋਂ ਇਸ ਮਾਮਲੇ ਬਾਰੇ ਸੰਬੰਧਿਤ ਥਾਣੇ ਦੇ SHO ਦੇ ਨਾਲ ਇਸ ਮਾਮਲੇ ਬਾਰੇ ਗੱਲਬਾਤ ਕੀਤੀ ਤਾਂ ਤੁਸੀਂ ਖੁਦ ਹੀ ਸੁਣ ਲਵੋ ਕਿ ਕੀ ਕਹਿਣਾ ਹੈ SHO ਸਾਹਿਬ ਦਾ। ਹਾਂਜੀ SHO ਸਾਹਿਬ, ਤੁਹਾਡੇ 'ਤੇ ਨਾ ਵੀਨਾ ਕਾਲੜਾ ਵੱਲੋਂ ਇੱਕ ਇਲਜ਼ਾਮ ਹੈ ਕਿ ਉਹਨਾਂ ਦੇ ਕੁੱਤੇ 'ਤੇ ਅਟੈਕ ਕੀਤਾ ਸੀ ਔਰ ਤੁਸੀਂ ਧਮਕੀਆਂ ਦੇ ਕੇ ਉਹਨਾਂ ਨੂੰ ਕਹਿ ਰਹੇ ਹੋ ਕਿ ਇਹ ਪਰਚਾ ਨਾ ਦਰਜ ਕਰਵਾਓ ਤੇ ਉਲਟਾ ਤੁਹਾਡੇ 'ਤੇ ਹੀ ਪਰਚਾ ਦਰਜ ਕਰਾਂਗੇ ਔਰ ਤੁਸੀਂ ਉਹਨਾਂ 'ਤੇ ਕਰ ਵੀ ਦਿੱਤਾ। ਬਿਲਕੁਲ ਗਲਤ ਗੱਲ ਹੈ ਜੀ, ਝੂਠੇ ਤੇ ਬੇਬੁਨਿਆਦ ਦੋਸ਼ ਨੇ। ਹਾਂਜੀ, ਜਦੋਂ ਇਹ ਸਾਡੇ ਕੋਲ ਮੈਡੀਕਲ ਲੈ ਕੇ ਆਏ, ਤੁਰੰਤ ਮੈਂ ਡਿਊਟੀ ਅਫਸਰ ਨੂੰ ਬੁਲਾਇਆ, ਉੱਥੇ ਇਹਨਾਂ ਬੈਠੇ ਬੈਠੇ FIR ਦਰਜ ਕਰਤੀ। ਹਾਂਜੀ, ਦੂਜੀ ਧਿਰ ਵੀ ਸਾਡੇ ਕੋਲ ਲੈ ਕੇ, ਦੋਨਾਂ ਧਿਰਾਂ ਨੇ ਵੀਡੀਓ ਵਿਖਾਈਆਂ। ਹਾਂਜੀ, ਦੋਨਾਂ ਦੀ ਕੰਪਲੇਂਟ, ਦੋਨਾਂ ਦੀ FIR ਦਰਜ ਕਰਤੀਆਂ, ਇਨਵੈਸਟੀਗੇਸ਼ਨ ਕਰ ਰਹੇ ਹਾਂ। ਅੱਛਾ ਜੀ, ਪਰ ਸਰ ਉਹਦੇ ਵਿੱਚ ਵੀਡੀਓ ਦੇ ਵਿੱਚ ਤਾਂ ਸਾਫ਼ ਦਿਖਾਈ ਦੇ ਰਿਹਾ, ਉਹ ਬੰਦਾ ਜਿਹੜੀ ਇਹ ਕੰਧ ਹੈਗੀ ਆ, ਉਹ ਕੁੱਤਾ ਕਾਫੀ ਵੱਡੀ ਹੈਗੀ ਆ ਕੰਧ, ਉੱਧਰ ਜਾ ਨਹੀਂ ਸਕਦਾ, ਤੇ ਉਹ ਕੁੱਤਾ ਇਹਨੂੰ ਰੋੜਾ ਮਾਰਿਆ, ਜਦਕਿ ਉਹ ਗਲਤੀ ਹੈਗੀ ਆ ਉਹਦੀ। ਉਹ ਜੇ ਗਲਤੀ ਕੀਤੀ ਸੀ ਉਹਦੀ ਅਸੀਂ FIR ਦਰਜ ਕਰਤੀ। ਹਾਂਜੀ, ਦੂਜੇ ਧਿਰ ਸੀ ਜਿਹੜੀ ਗਲੀ ਵਾਲੇ 25-30 ਲੋਕ ਇਕੱਠੇ ਹੋ ਕੇ, ਸਾਰੇ ਮਹੱਲੇ ਦੇ ਸਾਰੇ ਵਿਅਕਤੀ ਆਏ, ਮੇਜਰਨਾਮਾ ਉਹਨਾਂ ਪੇਸ਼ ਕੀਤਾ। ਹਾਂਜੀ, ਸਾਰੇ ਮਹੱਲਾ ਵਾਸੀ ਨੇ ਸਾਇਨ ਦੀ, ਜਿਹੜਾ ਇਹਨਾਂ ਦਾ ਕੁੱਤਾ ਖੂੰਖਾਰ ਕੁੱਤਾ ਜਰਮਨ ਸ਼ੈਫਰਡ ਦਾ, ਤੇ ਸਾਡੇ ਬੱਚਿਆਂ ਨੂੰ ਵੱਢਣ ਪੈਂਦਾ, ਬੱਚੇ ਡਰਦੇ ਸਹਿਮ ਦੇ ਸਕੂਲ ਨਹੀਂ ਜਾਂਦੇ। ਹਾਂਜੀ, ਤੇ ਕਈ ਵਾਰ ਬਜ਼ੁਰਗਾਂ ਨੂੰ ਵੱਢਣ ਪਿਆ, ਇਹ ਪਹਿਲਾਂ ਦੀ ਵੀ ਘਟਨਾ ਵਾਪਰੀ ਸੀ। ਹਾਂਜੀ, ਤੇ ਇਹ ਕੁੱਤਾ ਇਹਦਾ ਖਤਰਾ, ਸਾਨੂੰ ਮਨੁੱਖੀ ਲੋਕਾਂ ਨੂੰ ਵੀ ਖਤਰਾ ਵਾ। ਹਾਂਜੀ, ਇਸ ਕਰਕੇ ਇਹਦੀ ਵੀ ਕਾਰਵਾਈ ਕੀਤੀ ਜਾਵੇ। ਅਸੀਂ ਉੱਥੇ ਬਣਦੀ ਕਾਰਵਾਈ ਕਰਤੀ ਕਾਨੂੰਨ ਮੁਤਾਬਕ। ਇਹਨਾਂ ਨੇ, ਇਹਨਾਂ ਦਾ ਇਲਜ਼ਾਮ ਹੈ ਕਿ ਅਸੀਂ 6 ਤਰੀਕ ਨੂੰ ਤੁਹਾਡੇ ਕੋਲੇ ਜਿਹੜੀ ਕੰਪਲੇਂਟ ਦਿੱਤੀ ਸੀਗੀ ਤੇ ਤੁਸੀਂ ਮਤਲਬ ਕੋਈ ਇਹਨੂੰ ਪ੍ਰਾਇਓਰਟੀ ਨਹੀਂ ਦਿੱਤੀ ਪਰਚਾ ਦਰਜ ਕਰਨ ਵਾਸਤੇ। ਨਹੀਂ ਜੀ, ਮੈਡੀਕਲ ਤੋਂ ਬਾਅਦ ਹੀ ਹੋਣਾ ਸੀ ਨਾ ਜੀ, ਕੁੱਤੇ ਦਾ ਮੈਡੀਕਲ ਜਦੋਂ ਲੈ ਕੇ ਸਾਡੇ ਕੋਲ ਆਏ, ਬਾਈ ਹੈਂਡ ਲੈ ਕੇ ਆਏ, ਆਪ ਹੀ ਮੈਡੀਕਲ ਕਰਵਾ ਕੇ ਅਸੀਂ ਤੁਰੰਤ ਇਹਨਾਂ ਦੇ ਬੈਠਿਆਂ ਬੈਠਿਆਂ FIR ਦਰਜ ਕਰਤੀ। ਹਾਂਜੀ, ਇਹਨਾਂ ਪੁੱਛ ਲਓ ਜਿੱਦਾਂ ਈਵਨਿੰਗ ਟਾਈਮ ਆਏ, ਈਵਨਿੰਗ ਟਾਈਮ FIR ਦਰਜ। ਠੀਕ ਹੈ ਜੀ, ਤੇ ਸਰ ਜਿਹੜੇ ਬੰਦੇ ਦੇ ਆਪਾਂ ਜਿੱਦਾਂ ਹੱਡੀ ਟੁੱਟ ਜਾਂਦੀ ਆ ਉਹਦੇ ਤੇ 25-26 ਵਗੈਰਾ ਇੱਦਾਂ ਦੀ ਕੋਈ ਧਾਰਾ ਲੱਗਦੀ ਹੈ ਨਾ, ਤੇ ਇਹ ਜਿਹੜੀ ਕੁੱਤੇ ਦੀ ਅੱਖ ਡੈਮੇਜ ਹੋਈ ਹੈ, ਇਹਦੇ ਕੀ ਧਾਰਾ ਲਾਈ ਸਰ ਤੁਸੀਂ? ਮਤਲਬ ਓਦਾਂ ਸਜ਼ਾ ਕੋਈ ਨੀ, ਸਿਰਫ ਜੁਰਮਾਨਾ ਹੀ ਹੈ? ਜੁਰਮਾਨਾ ਮੈਂ 3 ਮਹੀਨੇ ਕਹਿ ਲਈ ਹੈ, ਬਾਕੀ ਕੋਰਟ ਤੇ ਡਿਪੈਂਡ ਕਰਦਾ ਕੋਰਟ ਕੀ ਸਜ਼ਾ ਦਿੰਦੀ ਹੈ।
ਠੀਕ ਹੈ ਜੀ, ਤੁਸੀਂ ਆਪਣੇ ਵੱਲੋਂ ਜਿਹਨੀ ਮਾਮਲਾ ਦਰਜ ਕਰਤਾ, ਪਰ ਉਹਨਾਂ ਦਾ ਇਲਜ਼ਾਮ ਹੈ ਕਿ ਤੁਸੀਂ ਉਹਨਾਂ ਨੇ ਰੰਜਿਸ਼ ਦੇ ਤਹਿਤ ਪਰਚਾ ਦਰਜ ਕੀਤਾ? ਨਹੀਂ ਜੀ, ਬਿਲਕੁਲ ਨਹੀਂ, ਅਸੀਂ ਔਨ ਮੈਰਿਟ ਔਨ ਕਾਨੂੰਨ ਦੇ ਦਾਇਰੇ ਚ ਨਹੀਂ ਕੀਤਾ ਜੋ ਕੀਤਾ ਵਾ, ਇਸ ਗਲਤ ਹਰ ਕੋਈ ਐਲੀਗੇਸ਼ਨ ਜਿਹਦੇ ਖਿਲਾਫ਼ ਐਫ ਆਈ ਆਰ ਦਰਜ ਹੋਣੀ ਹੈ ਉਹਨੇ ਨੈਚੁਰਲੀ ਪੁਲਿਸ ਦੇ ਐਲੀਗੇਸ਼ਨ ਲਾਉਣੀ ਵੀ ਮੇਰੇ ਤੇ ਗਲਤ ਹੋਇਆ, ਉਹਨੂੰ ਕੋਰਟ ਚ ਵੀ ਲੈ ਕਹਿਣਾ ਮੇਰੇ ਤੇ ਗਲਤ ਹੋਇਆ। ਹਾਂਜੀ, ਪਰ ਅਸੀਂ ਕਾਨੂੰਨ ਦਾ ਸਹੀ ਕੀਤਾ, ਇਨਵੈਸਟੀਗੇਸ਼ਨ ਕਰਾਂਗੇ ਉਹਦੇ ਮੁਤਾਬਿਕ ਕਾਰਵਾਈ ਕਰਾਂਗੇ। ਠੀਕ ਹੈ ਸਰ, ਦੈਨਿਕ ਸਵੇਰਾ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਧੰਨਵਾਦ। ਦਰਅਸਲ ਇਹ ਮਾਮਲਾ ਅੰਮ੍ਰਿਤਸਰ ਅਤੇ ਦੋਵਾਂ ਧਿਰਾਂ ਤੇ ਰੰਜਿਸ਼ ਦੇ ਤਹਿਤ ਮਾਮਲੇ ਦਰਜ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ, ਪਰ ਮਾਮਲਾ ਚਾਹੇ ਜੋ ਵੀ ਹੋਵੇ, ਪਰ ਇਸ ਤਰ੍ਹਾਂ ਇਨਸਾਨ ਦੇ ਵਫਾਦਾਰ ਕਹੇ ਜਾਂਦੇ ਬੇਜਵਾਨ ਕੁੱਤੇ ਤੇ ਇੰਨੀ ਬੇਰਹਿਮੀ ਨਾਲ ਹਮਲਾ ਕਰਨਾ ਨਿੰਦਣਯੋਗ ਹੈ। ਨਿਊਜ਼ ਡੈਸਕ ਤੋਂ ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।